ਫਰੈਂਡਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਅਕਾਡੈਮਿਕ ਲਰਨਿੰਗ ਅਕਾਡੈਮਿਕ ਸਿੱਖਣ ਇਹਦੇ ਵਿੱਚ ਅਸੀਂ ਇਹਦਾ मीनिंग ਕਰਾਂਗੇ ਕਿ ਅਕਾਡੈਮਿਕ ਲਰਨਿੰਗ ਕੀ ਹੁੰਦੀ ਹੈ ਅਕਾਡੈਮਿਕ ਲਰਨਿੰਗ ਤੋਂ ਭਾਵ ਹੈ ਬੱਚਿਆਂ ਵਿੱਚ ਵਿਦਿਅਕ ਸੁਧਾਰ ਜਾਂ ਵਿਦਿਅਕ ਵਿਕਾਸ ਮੀਨ ਜ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੀ ਇੰਪਰੂਵਮੈਂਟ ਹੈ ਜਾਂ ਜਿਹੜੀ ਡਿਵੈਲਪਮੈਂਟ ਹੈ ਉਹ ਕਰਨਾ ਇਹਦੇ ਵਿੱਚ ਸਕੂਲ ਕਾਲਜ ਤੇ ਜਿਹੜੀਆਂ ਯੂਨੀਵਰਸਟੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਵੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਉਹ ਸਿੱਖਣ ਪ੍ਰਕਿਰਿਆ ਤੋਂ ਚੱਲਦੀ ਹੈ ਮੀਨਸ ਅਸੀਂ ਇਹਨੂੰ ਕਹਾਂਗੇ ਲਰਨਿੰਗ ਪ੍ਰੋਸੈਸ ਸਿੱਖਣ ਪ੍ਰਕਿਰਿਆ ਭਾਵੇਂ ਬੱਚਾ ਸਕੂਲ ਦੇ ਵਿੱਚ ਪੜ ਰਿਹਾ ਹੈ ਕਾਲਜ ਦੇ ਵਿੱਚ ਜਾਂ ਫਿਰ ਯੂਨੀਵਰਸਿਟੀ ਦੇ ਵਿੱਚ ਅਤੇ ਇਸ ਵਿੱਚ ਕਿਤਾਬੀ ਜਾਂ ਜਿਹੜਾ ਪਾਠਕ੍ਰਮ ਗਿਆਨ ਆ ਉਹਦੇ ਮੁਕਾਬਲੇ ਤਕਨੀਕੀ ਜਾਂ ਜਿਹੜੇ ਪ੍ਰਯੋਗਿਕ ਹੁਨਰ ਨੇ ਉਹਨਾਂ ਦੇ ਵਿਕਾਸ ਨੂੰ ਪਿੱਛੇ ਛੱਡਿਆ ਜਾਂਦਾ ਹੈ ਮੀਨ ਜਿਸ ਤਰ੍ਹਾਂ ਦੀ ਨੌਲੇਜ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਕਿਤਾਬੀ ਤੇ ਮੀਨ ਜਿਹੜੇ ਕਿ ਕਰਿਕੂਲਮ ਦੇ ਨਾਲ ਰਿਲੇਟਡ ਨੌਲੇਜ ਇਸ ਤਰ੍ਹਾਂ ਦਾ ਸਿੱਖਣਾ ਬੱਚੇ ਨੂੰ ਸਕੂਲ ਦੇ ਵਿੱਚ ਸਿੱਖਿਆ ਕੋਰਸ ਨੂੰ ਪੂਰਾ ਕਰਨ ਯੋਗ ਬਣਾਉਣ ਦੇ ਨਾਲ ਨਾਲ ਉਸ ਨੂੰ ਇੱਕ ਵਿਦਿਆਰਥੀ ਤੋਂ ਉਤਪਾਦਕ ਜਾਂ ਪੈਸਾ ਕਮਾਉਣ ਵਾਲਾ ਬਾਲਗ ਬਣਾਉਣ ਵਿੱਚ ਸਹਾਇਕ ਹੁੰਦਾ ਹੈ ਮੀਨਸ ਬੱਚਾ ਇਕੱਲਾ ਕਿਤਾਬਾਂ ਨੂੰ ਪੜ੍ਹ ਕੇ ਹੀ ਡਿਗਰੀ ਹਾਸਲ ਕਰਦਾ ਸਗੋਂ ਇਹ ਜਿਹੜੀ ਐਜੂਕੇਸ਼ਨ ਬੱਚਾ ਲੈਂਦਾ ਹੈ ਉਹਦੇ ਨਾਲ ਉਹ ਆਪਣੀ ਜਿਹੜੀ ਰੋਜੀ ਰੋਟੀ ਕਮਾਉਣ ਦੇ ਯੋਗ ਵੀ ਹੋ ਜਾਂਦਾ ਹੈ ਕਿਉਂਕਿ ਇਹਦੇ ਅਨੁਸਾਰ ਕੋਈ ਵੀ ਜਿਹੜਾ ਬੱਚਾ ਹੈ ਜੋ ਸਕੂਲੀ ਸਮੇਂ ਦੇ ਵਿੱਚ ੱਖ-ੱਖ ਜਿਹੜੇ ਉਹ ਸਬਜੈਕਟਸ ਪੜ੍ਹਦਾ ਹੈ ਵੱਖ-ਵੱਖ ਐਕਟੀਵਿਟੀਆਂ ਕਰਦਾ ਹੈ ਤੇ ਜਿਹੜੇ ਕಾಗ್ਨੀਟਿਵ ਤੱਤ ਨੇ ਗਿਆਨਾਤਮਕ ਤੱਤ ਨੇ ਉਹਨਾਂ ਬਾਰੇ ਗਿਆਨ ਪ੍ਰਾਪਤ ਕਰਦਾ ਹੈ ਉਹ ਉਹਨੂੰ ਲਾਈਫਟਾਈਮ ਦੇ ਲਈ ਤਿਆਰ ਕਰਦੇ ਨੇ ਤੇ ਉਸੇ ਗਿਆਨ ਦੇ ਆਧਾਰ ਤੇ ਉਹ ਖੁਦ ਨੂੰ ਇੱਕ ਯੋਗ ਬਾਲਗ ਮੀਨਸ ਜੋ ਕਿ ਰੋਜੀ ਰੋਟੀ ਕਮਾ ਸਕਦਾ ਹੈ ਇਮਾਨਦਾਰੀ ਦੇ ਨਾਲ ਉਹ ਬਣਾਉਣ ਦੇ ਵਿੱਚ ਸਹਾਇੀ ਹੁੰਦੀ ਹੈ ਆਮ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਅਕਾਦਮਿਕ ਲਰਨਿੰਗ ਹੈ ਉਹਦੇ ਦੌਰਾਨ ਸਕੂਲ ਦੀ ਸਿੱਖਿਆ ਵਿੱਚ ਸਫਲਤਾ ਦੇ ਭਵਿੱਖ ਲਈ ਭਵਿੱਖ ਦੇ ਜੀਵਨ ਲਈ ਉਚਿਤ ਵਿਕਾਸ ਵਿੱਚ ਸਹਾਇੀ ਹੁੰਦੀ ਹੈ ਅਕਾਡੈਮਿਕ ਸਿੱਖਣ ਨੂੰ ਉਚੇਰੀ ਸਿੱਖਿਆ ਦਾ ਆਧਾਰ ਵੀ ਮੰਨਿਆ ਜਾਂਦਾ ਹੈ ਮੀਨ ਜੇ ਜੋ ਬੱਚਾ ਸਟਾਰਟਿੰਗ ਦੇ ਵਿੱਚ ਪੜਦਾ ਹੈ ਉਹਦੇ ਅਕੋਰਡਿੰਗ ਹੀ ਜਿਹੜੀ ਬੱਚੇ ਦੀ ਹਾਇਰ ਐਜੂਕੇਸ਼ਨ ਆ ਉਹ ਹੁੰਦੀ ਹੈ ਅਸੀਂ ਜਿਵੇਂ ਕਹਿੰਦੇ ਕਿ ਪ੍ਰਾਇਮਰੀ ਐਜੂਕੇਸ਼ਨ ਜਦੋਂ ਬੱਚਾ ਸਿੱਖਣ ਲੱਗਦਾ ਹੈ ਪੜਨ ਲੱਗਦਾ ਹੈ ਤਾਂ ਉਹਦਾ ਬੇਸ ਹੁੰਦਾ ਹੈ ਜਿਸ ਤਰ੍ਹਾਂ ਦਾ ਬੱਚਾ ਆਪਣੇ ਬੇਸ ਦੇ ਵਿੱਚ ਐਜੂਕੇਸ਼ਨ ਲੈਂਦਾ ਜਿਸ ਤਰ੍ਹਾਂ ਉਹਦੇ ਇੰਟਰਸਟ ਹੁੰਦੇ ਨੇ ਉਸ ਤਰੀਕੇ ਦੀ ਬੱਚੇ ਜਿਹੜੀ ਹਾਇਰ ਐਜੂਕੇਸ਼ਨ ਆ ਉਹ ਹੁੰਦੀ ਹੈ ਅਕਾਡੈਮਿਕ ਸਿੱਖਣਾ ਹੁੰਦਾ ਜਿਹੜਾ ਉਹ ਬੱਚੇ ਦੀ 올 ਆਊਂਡ ਡਵੈਲਪਮੈਂਟ ਦੇ ਵਿੱਚ ਵੀ ਸਹਾਇਤਾ ਕਰਦਾ ਏ ਤੇ ਇਹਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਗੁਣ ਨੇ ਉਹ ਡਵੈਲਪ ਕੀਤੇ ਜਾਂਦੇ ਨੇ ਜੋ ਬੱਚੇ ਵਿੱਚ ਭਵਿੱਖ ਦੇ ਜੀਵਨ ਲਈ ਆਧਾਰ ਬਣਦੇ ਨੇ ਮੀਨਸ ਬੱਚੇ ਦੇ ਵਿੱਚ ਕੁਝ ਜਿਹੜੀਆਂ ਕੁਆਲਿਟੀਆਂ ਨੇ ਉਹ ਪੈਦਾ ਕੀਤੀਆਂ ਜਾਂਦੀਆਂ ਨੇ ਜਿਸ ਨਾਲ ਜਿਹੜਾ ਬੱਚਾ ਉਹ ਫਿਊਚਰ ਦੇ ਵਿੱਚ ਉਹਨੇ ਕੀ ਬਣਨਾ ਏ ਉਹ ਨਿਰਧਾਰਿਤ ਕੀਤਾ ਜਾਂਦਾ ਹੈ ਡੀਅਰ ਸਟੂਡੈਂਟਸ ਏਸੀ ਅਕਾਡੈਮਿਕ ਲਰਨਿੰਗ ਦਾ ਮੀਨਿੰਗ ਥੈਂਕਸ ਫਾਰ ਵਾਚਿੰਗ